ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼। ਆਉਂਦਿਆਂ ਹੀ ਬਸ ਕੁੱਤਿਆਂ ਵਾਂਗੂ ਸਾਡੀ ਪਟਾਈ, ਸਿੱਧੀਆਂ ਤਲਵਾਰਾਂ ਵੱਲੋਂ ਵੱਡ ਗੋਲੀਆਂ ਮਾਰ ਮਾਰ ਕੇ ਬੁਰਾ ਹਾਲ ਕਰਤਾ। ਮੇਰੇ ਸਿੱਧੀਆਂ ਢਿੱਡ ਚ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪੈਰ ਵੇਲੋ ਮੈਂ ਝੋਨੇ ਚ ਵੜ ਕੇ ਆਪਣੀ ਜਾਨ ਬਚਾਈ ਆ। ਅਸੀਂ ਗੁਰਦੁਆਰੇ ਬੈਠੇ ਸਾਂ, ਗੁਰਦੁਆਰੇ ਬੈਠਿਆਂ ਬੈਠਿਆਂ ਮਨ 'ਚ ਵਿਚਾਰ ਬਣਾਈ ਵੀ ਚਲੋ ਬੰਬੀ 'ਤੇ ਚੱਲਦੇ, ਨਹਾ ਧੋ ਕੇ ਉੱਥੋਂ ਆਉਂਦੇ ਹਾਂ, ਹੋ ਕੇ ਗੇੜਾ ਮਾਰ ਆਉਂਦੇ ਹਾਂ। ਜਦੋਂ ਅਸੀਂ ਗਏ ਹਾਂ, ਸਾਡੇ ਜਾਂਦੇ ਨੂੰ ਸਾਡਾ ਮਾਮਾ ਖੇਤ ਵਾਹ ਰਿਹਾ ਸੀਗਾ, ਭੱਜ ਗਿਆ ਵਿੱਚੋਂ ਦੀ ਖੇਤਾਂ ਥਾਣੀ, ਨਾ ਸਾਡੀ ਅਸੀਂ ਨਾ ਉਹਨੂੰ ਕੋਈ ਗਾਲ ਕੱਢੀ ਨਾ ਕੋਈ, ਆਪੇ ਭੱਜ ਗਿਆ। ਮੁੜ ਕੇ ਉਹਨੇ ਫੋਨ ਕਰਕੇ ਮੁੰਡਿਆਂ ਨੂੰ ਅਤੇ ਮੁੰਡੇ ਸੱਦ ਲਏ, ਅੱਧੇ ਘੰਟੇ ਦੇ ਵਿੱਚ ਮੁੰਡੇ ਆ ਗਏ ਆ, ਤਿੰਨ ਗੱਡੀਆਂ ਆਈਆਂ ਅਤੇ ਆਉਂਦਿਆਂ ਹੀ 2 ਕਿੱਲਿਆਂ ਦੀ ਵਿੱਥ ਤੋਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ, ਸਿੱਧੀਆਂ ਫੈਰ। ਮੈਂ ਭੱਜ ਕੇ ਝੋਨੇ 'ਚ ਵੜ ਕੇ ਜਾਨ ਬਚਾਈ। ਫਿਰ ਮੁੜ ਕੇ ਸਾਡਾ ਨਿਹੰਗ ਸਿੰਘ, ਫਿਰ ਇਹਦੇ ਇਹ ਭੱਜਣ ਲੱਗਾ ਅਤੇ ਇਹਦੇ ਮਗਰ ਬੈਕ ਗੋਲੀਆਂ ਮਾਰੀਆਂ ਪ੍ਰਿੰਸ ਨੇ। ਅਤੇ ਅਸੀਂ ਤਿੰਨ ਜਾਣੇ, ਮੈਂ ਅਤੇ ਮੇਰਾ ਭਰਾ ਅਤੇ ਇੱਕ ਇਹ ਬਾਬਾ ਜੀ, ਤਿੰਨੇ ਜਾਣੇ ਆਪਾਂ ਗਏ ਹਾਂ। ਕੋਈ ਸਾਡੇ ਕੋਲ ਆਪਣਾ ਜਿੱਦਾਂ ਅਸੀਂ ਤਿਆਰਪੁਰ ਤਿਆਰ ਨਹੀਂ, ਅਸੀਂ ਉੱਦਾਂ ਹੀ ਬਸ ਆਪਣੇ ਹਿਸਾਬ ਨਾਲ। ਜੇ ਸਾਨੂੰ ਪਤਾ ਹੋਵੇ ਵੀ ਲੜਾਈ ਦੀ ਗੱਲ ਆ, ਅਸੀਂ ਫਿਰ ਤਿਆਰ ਹੋ ਕੇ ਸਾਡਾ ਤਾਂ ਹਜ਼ਾਰ ਸਿੰਘ ਅਸੀਂ ਲੈ ਜਾਂਦੇ, ਸਾਡੇ ਮਨ 'ਚ ਗੱਲ ਹੀ ਕੋਈ ਨਹੀਂ। ਆਉਂਦਿਆਂ ਹੀ ਬਸ ਕੁੱਤਿਆਂ ਵਾਂਗੂ ਸਾਡੀ ਪਟਾਈ, ਸਿੱਧੀਆਂ ਤਲਵਾਰਾਂ ਵੱਲੋਂ ਵੱਡ ਗੋਲੀਆਂ ਮਾਰ ਮਾਰ ਕੇ ਬੁਰਾ ਹਾਲ ਕਰਤਾ। ਮੇਰੇ ਸਿੱਧੀਆਂ ਢਿੱਡ 'ਚ ਗੋਲੀਆਂ ਮਾਰਨ ਦੀ ਕੋਸ਼ਿਸ਼ ਕੀਤੀ, ਮੇਰੇ ਪੈਰ ਵੇਲੋ ਮੈਂ ਝੋਨੇ 'ਚ ਵੜ ਕੇ ਆਪਣੀ ਜਾਨ ਬਚਾਈ ਆ। ਮਾਵਾਂ ਭੈਣਾਂ ਦੀਆਂ ਧੀਆਂ ਦੀਆਂ ਗਾਲਾਂ ਦਿੱਤੀਆਂ ਸਾਡੇ ਮਾਮੇ ਨੇ, ਸਤਨਾਮ ਸਿੰਘ ਰਾਂਝੇ ਨੇ, ਉਹਦਾ ਮੁੰਡਾ ਨਿੱਕਾ, ਮਾਮੀ ਸਾਡੀ ਹਰਜੀਤ ਕੌਰ, ਸਾਰਾ ਉਹਨਾਂ ਦਾ ਮਤਲਬ ਕਹਿੰਦੇ ਵੀ ਹੁਣ ਤੁਸੀਂ 10 ਮਿੰਟ ਵੇਟ ਕਰੋ, ਤੁਹਾਡੀਆਂ ਲੋਥਾਂ ਜਾਣੀਆਂ ਇੱਥੋਂ, ਸਿਰਫ 10 ਮਿੰਟ ਦੀ ਵੇਟ ਕਰੋ। ਮੈਂ ਕਿਹਾ ਕੋਈ ਨਹੀਂ, ਸਾਡੇ ਮਾਮੇ ਆ, ਕੋਈ ਗੱਲ ਨਹੀਂ ਗੀ, ਡਰਾਵੇ ਹੀ ਆ, ਕੋਈ ਗੱਲ ਨਹੀਂ, ਕੋਈ ਚੱਕਰ ਨਹੀਂ। ਇਹ ਉਹਨਾਂ ਕੋਲ ਪਿਸਤੌਲ ਸੀਗਾ ਪ੍ਰਿੰਸ ਦੇ ਕੋਲ, ਪ੍ਰਿੰਸ ਦੇ ਕੋਲ ਆਉਂਦੇ ਹੀ ਉਹਨੇ ਪਹਿਲਾਂ ਗੋਲੀ ਚਲਾਈ ਆ, 2 ਫੈਰ ਹਵਾਈ ਕੀਤੇ, ਮੁੜ ਕੇ ਸਿੱਧੀ ਗੋਲੀ ਮੇਰੀ ਹੇਕ ਵੱਲ ਨੂੰ ਤਾਣੀ ਆ। ਮੈਂ ਭੱਜ ਕੇ ਝੋਨੇ 'ਚ ਵੜਿਆ ਵਾਂ, ਨਿਹਾਲ ਸਿੰਘ ਇਹ ਭੱਜ ਕੇ ਅਤੇ ਪਛਾਹ ਨੂੰ ਭੱਜ ਲੱਗਾ ਮੋਟਰ ਵੱਲ ਨੂੰ, ਇਹਦੀ ਲੱਤ ਦੇ ਵਿੱਚ ਗੋਲੀਆਂ ਮਾਰੀਆਂ। ਲੜਾਈ ਦਾ ਕਾਰਨ ਇਹ ਵੀ ਸਾਡੀ ਜ਼ਮੀਨ ਆ, ਸਾਡਾ ਮਾਮਾ ਧੱਕੇ ਨਾ ਮੋਹ ਨੂੰ ਫਿਰਨ ਡਿਆ, 3 ਕਿੱਲੇ ਜ਼ਮੀਨ ਆ ਸਾਡੀ, ਜ਼ਮੀਨ ਧੱਕੇ ਨਾ ਵਾਹੁਣ ਡਿਆ, ਸਿਰਫ ਇੱਕੋ ਹੀ ਮਾਮਾ ਸਾਡਾ ਜਿਹੜਾ ਧੱਕਾ ਕਰਨਾ, 2 ਮਾਮੇ ਮੇਰੇ, ਉਹਨਾਂ ਦੀ ਕੋਈ ਗੱਲਬਾਤ ਨਹੀਂ। ਨਿਹੰਗ ਸਿੰਘ ਆਪਣੀ ਜ਼ਮੀਨ 'ਚ ਉੱਥੇ ਕਿਤੇ ਗਏ ਆ, ਸਾਨੂੰ ਇਹ ਗੱਲ ਦਾ ਪਤਾ ਨਹੀਂ। ਹੁਣ ਫੋਨ 'ਤੇ ਸਾਨੂੰ ਪਤਾ ਲੱਗਾ ਵੀ ਉਹ ਬੰਦਿਆਂ ਨੇ ਇਹਨਾਂ ਨੂੰ ਸਿੱਧੀਆਂ ਗੋਲੀਆਂ ਮਾਰ ਕੇ ਬਹੁਤ ਜ਼ਿਆਦਾ ਸੱਟਾਂ ਲਾਈਆਂ। 2 ਘੰਟੇ ਤੋਂ ਵੱਧ ਸਮਾਂ ਕੋਈ ਪੁਲਿਸ ਨਹੀਂ ਆਈ, ਉਸ ਵਕਤ ਪੁਲਿਸ ਉੱਥੇ ਮੌਜੂਦ, ਉਹਨੇ ਕੋਈ ਰੋਕਿਆ ਨਹੀਂ ਇਹਨਾਂ ਨੂੰ, ਸਰੇਆਮ ਉਹਨਾਂ ਨੇ ਪੁਲਿਸ ਦੇ ਸਾਹਮਣੇ ਗੋਲੀਆਂ ਚਲਾਈਆਂ, ਕੋਈ ਪੁਲਿਸ ਨਹੀਂ ਉੱਥੇ ਆ ਗਈ। ਤੁਹਾਨੂੰ ਹਸਪਤਾਲ ਆਇਆ ਕਿੰਨੀ ਦੇਰ ਹੋ ਗਈ? ਹਸਪਤਾਲ ਆਇਆ ਨੂੰ ਘੱਟੋ ਘੱਟ ਵੀ ਤੇ 2.5 ਘੰਟੇ ਦੇ ਉੱਤੇ ਹੋ ਗਿਆ ਸਮਾਂ, ਅਜੇ ਤੱਕ ਕੋਈ ਪੁਲਿਸ ਨਹੀਂ ਇੱਥੇ ਵੜੀ। ਹਾਂਜੀ, ਸਤਨਾਮ ਸਿੰਘ, ਪਿੰਡ 5 ਗਲੀਆਂ। ਮੈਂ ਜ਼ਮੀਨ ਲਈ ਦੌਲਤਪੁਰ 'ਚੋਂ ਬੈ ਜ਼ਮੀਨ ਲਈ ਆ 3 ਕਿੱਲੇ, ਜਿਹਦੀ ਕੁਛ ਜ਼ਮੀਨ ਮੇਰੇ ਤਾਏ ਦੇ ਨਾਂ, ਕੁਛ ਮੇਰੇ 2 ਚਾਚਿਆਂ ਨੇ, ਕੁਛ ਮੇਰੇ ਡੈਡੀ ਦੇ ਨਾਂ, ਮੇਰੀ ਬੰਬੀ ਉੱਥੇ। ਇਹ ਬੰਦੇ ਉਹ ਪੈਲੀ ਨੂੰ ਅੱਗੇ ਵੀ ਇੱਕ ਦਿਨ ਪਹਿਲਾਂ ਗਏ, 18 ਤਰੀਕ ਨੂੰ 5-7 ਨਿਹੰਗ ਮੇਰੀ ਬੇਹਾਈ 'ਚ ਉੱਥੇ ਤਾਲਾ ਮਾਰ ਆਏ, ਮੇਰੀ ਪਨੀਰੀ ਸ਼ਿਕਾਰਤੀ। ਅੱਜ ਮੈਂ ਵਾਹੁਣ ਨਹੀਂ ਲੱਗਾ ਪੈਲੀ, ਅਤੇ ਇਹਨਾਂ ਜਾ ਕੇ ਫਿਰ ਮੇਰੇ 'ਤੇ ਹਮਲਾ ਕਰਤਾ 7-8 ਬੰਦਿਆਂ ਨੇ, ਅਨਪਛਾਤੇ 3 ਬੰਦੇ, ਜਿਹਦੇ ਇੱਕ ਮੇਰਾ ਭਨੇਵਾ ਵਾ ਜੈਬ ਸਿੰਘ, ਇੱਕ ਦੀਪ ਸਿੰਘ, ਇੱਕ ਹੈਗਾ ਭਰਵਈਆ ਬਲਬੀਰ ਸਿੰਘ, ਬਾਕੀ ਜਿਹੜੇ 7 ਨਿਹੰਗ ਉਹ ਅਨਪਛਾਤੇ ਆ। ਲੱਤ 'ਤੇ ਜੀ ਇਹਨਾਂ ਨੇ ਘੁਲਦੇ ਆ, ਇਹਨਾਂ ਨੂੰ ਲੰਮੇ ਪਾ ਕੇ ਅਤੇ ਇਹਨਾਂ 'ਤੇ ਗੋਲੀ ਮਾਰਤੀ ਆ। ਵੇਖੋ ਜੀ ਉੱਥੇ ਮੌਕਿਆਂ 'ਤੇ ਜਾਓ, ਮੈਂ ਇਕੱਲਾ ਹੀ ਤਾਏ 'ਤੇ ਪਹੁੰਚਦਾ, ਮੇਰੇ ਨਾਲ ਇੱਕ ਬੰਦਾ ਰਸੂਲਪੁਰ ਦਾ ਵਾ ਜਿਹੜਾ ਸਪਰੇਕ ਬੰਦਿਆਂ 'ਤੇ ਕਰਦਾ, ਮੈਂ ਇਕੱਲਾ ਹੀ ਹਾਂ ਜਦੋਂ ਗਏ ਆ। ਮੈਨੂੰ ਨਹੀਂ ਪਤਾ ਇਹਨਾਂ ਦੇ ਬਾਅਦ 'ਚ ਕੀ ਕੀਤਾ ਕੀ ਨਹੀਂ, ਮੈਂ ਤਾਂ ਬੋਸ ਹੋ ਗਿਆ ਉਦੋਂ ਬਾਅਦ ਜਦੋਂ। ਹਾਂਜੀ, ਇਹਨਾਂ ਦੇ ਇਹਨਾਂ ਕੋਲ ਸਾਡੇ ਸੋਤੇ ਸੀ, ਤਲਵਾਰਾਂ ਵੀ ਸੀ, ਨਿਹੰਗਾ ਕੋਲ ਜਿਹੜੇ ਪੂਰਾ ਸਸਤਾ ਸੀ, ਮੈਂ ਇਕੱਲੇ ਨੇ, ਇਹਨਾਂ ਨੇ ਮੈਨੂੰ ਇਕੱਲੇ ਨੂੰ ਉੱਥੇ ਬਹੁਤ ਜ਼ਿਆਦਾ ਮਾਰਿਆ, ਅਤੇ ਮੈਨੂੰ ਨਹੀਂ ਪਤਾ ਲੱਗਾ ਬਾਅਦ 'ਚ ਕੀ ਹੋਇਆ, ਮੈਨੂੰ ਘਰ ਦੇ ਚੁੱਕ ਕੇ ਉੱਥੋਂ ਲਿਆਂਦਾ। ਜੀ ਮੇਰੇ ਭਨੇਵੇਂ ਆ, ਸਕੇ ਭਨੇਵੇਂ। ਹਾਂਜੀ, ਹਾਂਜੀ, ਪੁਲਿਸ ਨੂੰ ਪਹਿਲਾਂ ਹੀ ਕਾਪੀ, 2 ਘੰਟੇ ਪਹਿਲਾਂ ਐਸ ਪੀ ਸਾਹਿਬ ਨੂੰ ਥਾਣੇ ਰੰਗਾ ਚੌਂਕੀ 'ਚ ਵੀ, ਚੌਂਕੀ 'ਚੋਂ ਪੁਲਿਸ ਵੀ ਗਈ ਆ, ਅਸੀਂ ਕਿਹਾ ਜੀ ਉਹ ਸਾਡੇ, ਅਤੇ ਇਹਨਾਂ ਇਹ ਤਲੇ ਨਹੀਂ ਗਏ ਜੀ, ਇਹਨਾਂ ਨੇ ਮੇਰੇ ਜਾ ਕੇ ਫਿਰ ਵੀ ਇਹਨਾਂ ਨੇ, ਅਤੇ ਅਸੀਂ ਉੱਥੇ ਫਿਰ
ਚੌਂਕੀ ਵਾਲੇ ਗ੍ਰੰਥੀਆਂ ਵੀ ਤਲਾਹ ਕਰਤੀ, ਗਿਰਤੀ ਕੀਤੀ ਆ ਕਹਿੰਦਾ ਵੀ ਇਹ ਬੰਦੇ ਜਿਹੜੇ ਆ ਸਾਡੇ ਵੱਡੀ ਕੀ ਰਹੇ ਕਰ। ਮੇਰੇ ਭਰਾਵਾਂ ਨੇ ਮੇਰੇ ਨਾਲ ਮੇਰੇ ਬੱਚਿਆਂ ਨਾਲ ਬਹੁਤ ਧੱਕਾ ਕੀਤਾ ਆ। ਮਾਂ ਨੂੰ 2 ਮਹੀਨੇ ਹੋ ਗਏ ਧੱਕੇ ਮਾਰ ਕੇ ਘਰੋਂ ਕੱਢੀ ਵੀ ਮੈਥੋਂ ਨਹੀਂ ਸਾਂਭੀ ਜਾਂਦੀ, ਇਹਨੂੰ ਵੀ ਲੈ ਜਾਓ ਅਤੇ ਇਹਦੀ ਕਿੱਲੀ ਵੀ ਲੈ ਜਾਓ। ਮਾਂ ਨੂੰ ਅੱਜ ਤੀਸਰਾ ਦਿਨ ਆ ਉਹਨੂੰ ਇੱਥੇ ਮਹਾਜਨ ਦੇ ਦਾਖਲ ਆ, ਮਹਾਜਨ ਦੇ ਦਾਖਲ ਉਹ ਸੀਰੀਅਸ ਆ। ਉੱਥੇ ਪੈਸੇ ਲਾਉਣ ਦੀ ਬਜਾਏ ਅੱਗੇ ਆ ਦੂਸਰੀ ਵਾਰ ਉਹਨੂੰ ਅਟੈਕ ਹੋਇਆ, ਅੱਗੇ ਮੈਂ 70-72 ਹਜ਼ਾਰ ਰੁਪਇਆ ਲਾਇਆ ਅਤੇ ਇਹਨਾਂ ਮੈਨੂੰ ਪੁੱਛਿਆ ਤੱਕ ਨਹੀਂ। ਹੁਣ ਫਿਰ ਉਹਨੂੰ ਅੱਜ 3 ਦਿਨ ਹੋ ਗਿਆ, ਉਹ ਵਿਚਾਰੀ ਲੜ ਰਹੀ ਆਪਣੀ ਜ਼ਿੰਦਗੀ ਨਾਲ, ਉਹਦਾ ਪਤਾ ਲੈਣ ਦੀ ਬਜਾਏ ਇਹ ਮੇਰੇ 'ਤੇ ਨਜਾਇਜ਼ ਮੇਰੇ ਬੱਚਿਆਂ ਨੂੰ ਮਾਰਨ ਪਏ ਨੇ। ਉਹ ਤਾਂ ਪੈਲੀ ਆਪਣੀ ਵੇਖਣ ਗਏ ਆ, ਇਹਨਾਂ ਨੇ ਪਹਿਲਾਂ ਪਲੈਨ ਬਣਾਈ ਆ। ਪ੍ਰਿੰਸ ਕੋਮਲ, ਸਤਨਾਮ ਸਿੰਘ, ਹਰਜੀਤ ਕੌਰ ਅਤੇ ਮਲਕੀਤ ਸਿੰਘ, ਪਰਮਜੀਤ, ਇਹਨਾਂ ਨੇ ਮੇਰੇ ਬੱਚਿਆਂ ਦੇ ਅਤੇ ਇੱਕ ਮਸਾਣੀਆਂ ਦਾ ਮੁੰਡਾ ਵਾ ਹੋਰ ਨਾਲ ਇਹਨਾਂ ਨੇ ਗੁੰਡੇਗਰਦੀ ਜਿਹੜਾ ਉਹ 18-19 ਜਾਣਿਆਂ ਨੇ ਇਹਨਾਂ 'ਤੇ ਧੱਕਾ ਕੀਤਾ, ਗੋਲੀਆਂ ਮਾਰੀਆਂ। ਮੈਂ ਫਿਰ SSP ਦੇ ਜਾ ਕੇ ਇਹ ਦੌਲਤਪੁਰ ਦੀ ਪੈੜੀ ਦੇ ਵਿੱਚ। ਅੱਜ ਮੈਨੂੰ ਇਤਲਾਹ ਮਿਲੀ ਸੀ ਕਿ ਪਿੰਡ ਦੌਲਤਪੁਰ ਵਿੱਚ ਝਗੜਾ ਹੋਇਆ, ਜਿਸ 'ਤੇ ਮੈਂ ਆਪਣੇ ਸਾਥੀ ਕਰਮਚਾਰੀਆਂ ਸਮੇਤ ਮੌਕਾ 'ਤੇ ਪੁੱਜਾ, ਜਿੱਥੇ ਜਗਦੀਪ ਸਿੰਘ ਸਾਨੂੰ, ਬਲਬੀਰ ਸਿੰਘ ਵਾਸੀ ਆਲੋਵਾਲ, ਨਿਹਾਲ ਸਿੰਘ ਸਾਨੂੰ, ਚਰਨ ਸਿੰਘ ਵਾਸੀ ਹਸਿੰਦਰਾ ਕਲਾਂ ਮੌਕਾ 'ਤੇ ਜ਼ਖਮੀ ਹਾਲਤ ਵਿੱਚ ਪਏ ਸੀ, ਜਿਨ੍ਹਾਂ ਨੂੰ 108 ਐਂਬੂਲੈਂਸ ਕਰਕੇ ਸਿਵਲ ਹਸਪਤਾਲ ਬਟਾਲਾ ਦਾਖਲ ਕਰਾਇਆ। ਪਤਾ ਲੱਗਾ ਵੀ ਇਹਨਾਂ ਨੂੰ ਜ਼ਖਮੀ ਸਤਨਾਮ ਬਲਬੀਰ ਸਿੰਘ ਵਾਸੀ ਪੰਜਗਾਈਆਂ, ਜੋ ਇਹਨਾਂ ਦਾ ਮਾਮਾ ਲੱਗਦਾ, ਅਤੇ ਉਸ 'ਤੇ ਲੜਕੇ ਪ੍ਰਿੰਸ ਅਤੇ ਕੋਮਲ ਨੇ ਸਮੇਤ 8-10 ਵਿਅਕਤੀ ਹੋਰ ਸੀ ਜਿਨ੍ਹਾਂ ਨੇ ਇਹਨਾਂ ਨੂੰ ਸੱਟਾਂ ਮਾਰ ਕੇ ਅਤੇ ਜ਼ਖਮੀ ਕੀਤਾ। ਮੌਕਾ 'ਤੇ ਗੋਲੀ ਚੱਲਣ ਵਾਲਾ ਕੋਈ ਖੂਨ ਨਹੀਂ ਮਿਲਿਆ, ਪਰ ਇਹਨਾਂ ਦੇ ਕਹਿਣ ਮੁਤਾਬਕ ਵੀ ਫਾਇਰ ਹੋਏ ਆ। ਇਸ ਦੇ ਮੁਤਾਬਕ ਜੋ ਵੀ ਮੈਡੀਕਲ ਰਿਜ਼ਲਟ ਆਵੇਗਾ ਉਹਦੇ ਮੁਤਾਬਕ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਵਜ੍ਹਾ ਰੰਜਿਸ਼ ਇਹਨਾਂ ਦੀ ਇਹ ਆ ਵੀ ਜਗਦੀਪ ਸਿੰਘ ਦਾ ਮਾਮਾ ਜਿਹੜਾ ਸਤਨਾਮ ਸਿੰਘ ਆ ਉਹ ਇਹਨਾਂ ਦੀ ਜ਼ਮੀਨ ਵਾਹ ਰਿਹਾ ਸੀਗਾ, ਜਿਸ ਕਰਕੇ ਇਹਨਾਂ ਨੇ ਉੱਥੇ ਮੌਕਾ 'ਤੇ ਪੁੱਜ ਕੇ ਅਤੇ ਇਹਨਾਂ ਦਾ ਲੜਾਈ ਝਗੜਾ ਹੋਇਆ। Please subscribe our channel for more updates. You can follow us on Twitter and Facebook. ਤੁਸੀਂ ਵੇਖ ਰਹੇ ਹੋ ਪੰਜਾਬ ਟੂਡੇ ਨਿਊਜ਼।